ਹੈ, ਸਟੂਡੈਂਟ ਕੋਰੀਡੋਰ ਹੈ, ਸਟੂਡੈਂਟ ਇੱਥੇ ਬਹਿ ਕੇ ਆਪਣਾ ਖਾਣਾ ਛਾਣਾ ਖਾਂਦੇ ਨੇ। ਇਹ ਜਨਾਬ ਦਮ ਲੱਗਾ ਪਿਆ, ਇਹ ਕਿਚਨ ਹੈ, ਇਹ ਸਟੂਡੈਂਟਾਂ ਦਾ ਜਿਹੜਾ ਨਾ ਇੱਥੇ ਕਿਚਨ ਹੈ ਸਾਰਾ। ਇਹ ਜਿਹੜਾ ਨਾ ਮਟਨ ਬੋਇਲ ਕੀਤੇ ਆ ਪਹਿਲੇ, ਥ੍ਰੀ ਕੇ ਜੀ ਹੈ ਜਿਹੜੀ, ਇਹ 3 ਕਿਲੋ ਮਟਨ ਹੈ, ਇਹ ਬੋਇਲ ਕਰਕੇ ਪਹਿਲੇ ਰੱਖੇ ਹੈ। ਅਚਾਰ ਆਨੀਅਨ ਨੇ 4 ਗੰਢੇ ਨੇ ਸਮਝੋ, ਅਤੇ 10 ਕੁ ਲੌਂਗ ਨੇ ਵਿੱਚ, ਅਤੇ ਇਹ ਜ਼ੀਰਾ ਵਿੱਚ ਪੈਣਾ। ਇਹ ਟਮਾਟਰ ਨੇ, ਇਹਨਾਂ ਨੂੰ ਵੀ ਜਿਹੜਾ ਨਾ ਕੱਟਣੇ ਪੈਣ, 3 ਟਮਾਟਰ ਪੈਣੇ ਨੇ। ਇਹ ਇੰਨਾ ਕੁ ਜਨਾਬ ਫੋਮ ਹੈ, ਅਦਰਕ ਇਹਦੇ ਨਾਲ ਜਿਹੜਾ ਨਾ ਗ੍ਰੀਨ ਚਿੱਲੀ ਹੈ, ਜਿੰਜਰ, ਆਨੀਅਨ, ਗਾਰਲਿਕ, ਟਮਾਟੋ, ਮਟਨ 3 ਕਿਲੋ ਬੋਇਲਿੰਗ, ਇਹ ਜਨਾਬ ਜਿਹੜੇ ਨੂੰ 4 ਆਨੀਅਨ ਨੇ। ਬਣਨ ਲੱਗਾ ਮਟਨ ਪੁਲਾਓ ਅੱਜ, ਆਪਣਾ ਦੇਸੀ ਮਾਸ਼ਾਲਾ ਮਟਨ ਪੁਲਾਓ ਹੈ। ਪਾ ਦਿੱਤਾ ਵਿੱਚ ਜ਼ੀਰਾ, ਇੰਨਾ ਪਾਉਣਾ 1 ਸਪੂਨ ਜਿਹੜਾ ਨਾ, 1 ਚਮਚ ਜ਼ੀਰਾ ਪਾਉਣਾ ਵਿੱਚ, 1 ਚਮਚ, 10 ਲੌਂਗ ਨੇ, ਅਤੇ 4 ਗੰਢੇ ਨੇ ਜਨਾਬ, 3 ਟਮਾਟੋ ਨੇ, ਇਹ ਟਮਾਟੋ ਕੱਟੇ ਪਏ ਨੇ, 3 ਨੇ, ਇਹ ਜਨਾਬ ਜਿਹੜਾ ਨਾ ਥੋਮ ਹੈ, ਗ੍ਰੀਨ ਚਿੱਲੀ ਅਤੇ ਜਿੰਜਰ ਹੈ। ਇਹ ਜਨਾਬ ਜਿਹੜਾ ਨਾ ਛੋਟਾ ਛੋਟਾ ਜਿਹੜਾ ਥੋਮ ਬਣ ਗਿਆ ਕੱਟ ਦਿੱਤਾ, ਇਹ ਟਮਾਟੋ ਵੀ ਕੱਟੇ ਪਏ ਨੇ, ਥੋਮ ਵੀ ਹੈ, ਮਾਸ਼ਾਅੱਲਾ ਸਪੈਸ਼ਲ ਪੋਖਣਾ ਇਹਨੇ ਬੜੀ ਜਗ੍ਹਾ। ਇਹ ਜਿਹੜੇ ਨਾ ਆਨੀਅਨ ਜਿਹੜੇ ਨੇ ਬਿਲਕੁਲ ਹਲਕੇ ਹਲਕੇ ਸੁਰਖ ਹੋ ਗਏ ਨੇ, ਥੋੜ੍ਹਾ ਸਾ ਰਹਿ ਗਏ ਨੇ ਪਾਸੇ, ਇਨਸ਼ਾਅੱਲਾ ਜਿਹੜੇ ਨਾ ਥੋੜ੍ਹੇ ਜਿਹੇ ਹੋਰੇ ਹੋ ਗਏ ਲਾਲ, ਥੋੜ੍ਹਾ ਪਿਆਜ਼ ਲਾਲ ਕਰ ਲੈਣਾ ਚੰਗੀ ਤਰ੍ਹਾਂ। ਇਹ ਜਿਹੜੀਆਂ ਨੇ, ਇਹ ਟਮਾਟੋ ਨੇ, ਅਤੇ ਇਹ ਮਿਰਚਾਂ ਮਿਕਸ ਕਰ ਦਿੱਤੀਆਂ ਨੇ ਹਰੀਆਂ, ਇਹ 3 ਕੱਚੀਆਂ, ਇਹ ਮਿਕਸ ਹੋ ਗਈਆਂ ਨੇ ਜਨਾਬ ਵਿੱਚ ਹੀ ਮਿਰਚਾਂ, ਇਹ ਥੋਮ ਅਤੇ ਹਰੀ ਮਿਰਚ, ਗ੍ਰੀਨ ਚਿੱਲੀ, ਗਾਰਲਿਕ, ਟਮਾਟੋ, ਆਨੀਅਨ ਜਿਹੜੇ ਨੇ ਹੁਣ ਥੋੜ੍ਹੇ ਜਿਹੇ ਲਾਲ ਹੋ ਗਏ, ਰੈੱਡ ਆ ਥੋੜ੍ਹੇ ਜਿਹੇ ਹੁਣ ਲਾਲ ਹੋ ਗਏ ਨੇ ਖੰਡੇ। ਇਹ ਜਨਾਬ ਦਾਲ ਦਿੱਤੀਆਂ ਨੇ ਵਿੱਚ ਜਿਹੜੀਆਂ ਨਾ ਹਰੀਆਂ ਮਿਰਚਾਂ, ਅਤੇ ਥੋਮ ਵੀ ਹੋ ਗਿਆ, ਪਿਆਜ਼ ਲਾਲ ਹੋ ਗਏ ਨੇ, ਗੰਢੇ ਛੰਡੇ ਜਿਹੜੇ ਨੇ ਹੁਣ ਲਾਲ ਹੋ ਗਏ ਨੇ, ਥੋਮ ਨੂੰ ਵੀ ਥੋੜ੍ਹਾ ਜਿਹਾ ਲਾਲ ਕਰਨਾ। ਇਹ ਜਨਾਬ ਜਿਹੜੇ ਨਾ ਪਿਆਜ਼ ਵੀ ਲਾਲ ਹੋ ਗਏ ਨੇ ਮਾਸ਼ਾਅੱਲਾ, ਥੋਮ ਛੋਮ ਵੀ, ਮਿਰਚਾਂ ਵੀ ਥੋੜ੍ਹੀ ਥੋੜ੍ਹੀਆਂ ਨਾ ਲਾਲ ਹੋ ਗਏ ਨੇ। ਇਹ ਵਿੱਚ ਜਿਹੜੇ ਨਾ ਪਾਉਣ ਲੱਗੇ ਆਪਣੇ ਟਮਾਟੋ, ਤਾਂ ਆਪਣੇ ਮਸ਼ੀਨ ਜਿਹੜੇ ਕੱਟੇ ਨੇ, ਇਹ ਬਣਨ ਲੱਗਾ ਮਟਨ ਪੁਲਾਓ। ਇਹ ਮਟਨ ਜਿਹੜੇ ਨੇ ਬੋਇਲ ਕਰਕੇ ਰੱਖੇ ਆ ਪਹਿਲੇ, 3 ਕਿਲੋ ਮਟਨ। ਹਾਂਜੀ, ਇਹ ਮਟਨ ਪੈਣ ਲੱਗਿਆ ਵਿੱਚ ਜਨਾਬ, ਇਹਦੇ ਵਿੱਚ ਐਂ ਆ ਗਿਆ ਜੀ ਮਟਨ, ਇਹ ਪਹਿਲੇ ਉਬਾਲ ਕੇ ਰੱਖੇ ਆ ਅਸੀਂ, ਸਭ ਫੜ ਕੇ ਨੇੜੇ ਕਰੋ, ਸਭ ਚੁੱਕ ਕੇ ਵੇਚ ਸਕੋ। ਦੇਸੀ ਹੈ ਅਤੇ ਪੰਜਾਬੀ ਵੀ ਹੈ ਅਤੇ ਪਠਾਣੀ ਵੀ ਹੈ, ਅਤੇ ਇਹ ਪਾਕਿਸਤਾਨੀ ਮਟਨ ਪੁਲਾਓ ਹੈ। ਹਿੰਦੁਸਤਾਨੀ ਵੀ ਖਾ ਸਕਦੇ ਨੇ ਜਿਹੜੇ ਜਿਹੜੇ ਖਾਂਦੇ ਨੇ, ਜਿਹੜੇ ਨਹੀਂ ਖਾਂਦੇ ਉਹਨਾਂ ਖਾਇਆ ਜੇ, ਐਵੇਂ ਕਿਤੇ ਜਿਹੜਾ ਤੁਹਾਡਾ ਗੁਰੂ ਨਾ ਤੇਰੇ ਫੰਦੇ। ਮਟਨ ਪੈ ਗਿਆ ਮਾਸ਼ਾਅੱਲਾ ਵਿੱਚ, ਇਹ ਬਿਰਿਆਨੀ ਮਸਾਲਾ ਹੈ, ਪੈਣ ਲੱਗਿਆ ਪੂਰਾ ਪੈਕਟ ਵਿੱਚ ਪਾਉਣੇ ਬਿਰਿਆਨੀ ਮਸਾਲੇ ਦਾ ਪੁਲਾਓ ਦੇ ਵਿੱਚ। ਇਹ ਯਖਣੀ ਪਈ, ਇਹ ਸੱਟਣੀ ਨਹੀਂ ਬਾਹਰ ਜਨਾਬ, ਇਹ ਬਾਅਦ ਚੋਂ ਇਹਦੇ ਵਿੱਚ ਹੀ ਪੈਣੀ ਹੈ, ਇਹਨਾਂ ਪੁਲਾਓ ਦੇ ਵਿੱਚ ਹੀ ਆ ਯਖਣੀ, ਬਾਅਦ ਚੋਂ ਪਾਉਣੀ ਹੈ, ਜਦੋਂ ਜਿੱਥੇ ਪਾਣੀ ਪਾਉਣਾ ਉੱਥੇ ਯਖਣੀ ਪੈਣੀ।
ਨਾ ਪੂਰੇ ਯਖਨੀ ਪਾਣੀ ਹੈ ਵਿੱਚ ਇਹਦੇ ਇਹਦੇ ਜਨਾਬ 12 ਕੱਪ ਜਿਹੜੇ ਨਾ ਪੂਰੇ ਆ ਯਖਨੀ ਜਿਹੜੀ ਹੈ ਪਲਾਓ ਦੀ ਇਹਦੇ ਵਿੱਚ ਪਾਣੀ ਜਿਹੜਾ ਉਬਲਿਆ ਪਲਾਓ ਸੀ ਉਹਦੀ ਪੂਰੇ 12 ਗਲਾਸ ਪਾਉਣੇ ਜੇ ਕਿਉਂਕਿ ਅਸੀਂ ਚਾਵਲ ਪਹਿਲੇ ਭੇਂਕ ਕੇ ਰੱਖੇ ਨੇ ਇਸ ਵਾਸਤੇ ਜਿਹੜਾ ਨਾ ਪਹਿਲੇ ਉਹਨਾਂ ਦੇ ਵਿੱਚ ਯਖਨੀ ਪਾ ਲਈ ਕਿਉਂਕਿ ਪਾਣੀ ਨਹੀਂ ਪਾਉਣਾ ਅਸਾਂ 12 ਗਲਾਸ ਹੀ ਪਾਣੀ ਪੈਣਾ ਸੀ ਜਿਹਦੇ ਵਜ੍ਹਾ ਤੋਂ 12 ਕੱਪ ਜਿਹੜਾ ਯਖਨੀ ਦੇ ਵਿੱਚ ਪਾ ਦਿੱਤੇ ਹਾਂਜੀ ਇਹ 12 ਗਲਾਸ ਜਿਹੜੇ ਨਾ ਚਾਵਲ ਪੈਂਦੇ ਨੇ ਭਾਅ ਜੀ ਨਾ ਪਲਾਓ 12 ਗਲਾਸ ਜਿਹੜੇ ਨਾ ਚਾਵਲ ਪਾ ਦਿੱਤੇ ਨੇ ਅਤੇ ਇਹਨਾਂ ਨੂੰ 20 ਮਿੰਟ ਦਮ ਲਾਉਣਾ ਬਸ ਅਤੇ ਬਿਲਕੁਲ ਜਿਹੜਾ ਨਾ ਪਲਾਓ ਤਿਆਰ ਹਾਂਜੀ ਇਹ ਸਟੂਡੈਂਟ ਕੋਰੀਡੋਰ ਹੈ ਸਟੂਡੈਂਟ ਇੱਥੇ ਬਹਿ ਕੇ ਆਪਣਾ ਖਾਣਾ ਛਾਣਾ ਖਾਂਦੇ ਨੇ ਇਹ ਜਨਾਬ ਦਮ ਲੱਗਾ ਪਿਆ ਇਹ ਕਿਚਨ ਹੈ ਸਟੂਡੈਂਟਾਂ ਦਾ ਜਿਹੜਾ ਨਾ ਇੱਥੇ ਕਿਚਨ ਹੈ ਸਾਰਾ ਮਾਸ਼ਾਅੱਲਾ ਜਿਹੜਾ ਨਾ ਮਟਰ ਪਲਾਓ ਪੱਕ ਗਿਆ ਦਮ ਪੱਟ ਦਿੱਤਾ